ਹੈ ਜੀ ਉਸ ਵਿੱਚ ਪਾ ਸਕਦੇ ਜਿੱਥੋਂ 5 ਸੋਵਰਾਂ ਨੂੰ ਜਲ ਇੱਥੇ ਪਹਿਲਾਂ ਸਟੋਰ ਕੀਤਾ ਜਾਂਦਾ ਇੱਥੋਂ ਜਲ ਸਟੋਰ ਕਰਕੇ ਫਿਰ ਅੱਗੇ 5 ਸੋਵਰਾਂ ਨੂੰ ਜਲ ਜਾਂਦਾ ਜਿਹੜੀ ਕਾਰਸੇਵਾ ਸ਼ੁਰੂ ਹੋ ਗਈ ਹੈ ਜੀ ਮੈਂ ਤੁਹਾਨੂੰ ਦਿਖਾ ਰਿਹਾ ਲਾਈਵ ਤਸਵੀਰਾਂ ਬਾਬਾ ਮਹੀਕ ਸਿੰਘ ਜੀ ਅਤੇ 5 ਪਿਆਰਿਆਂ ਦੇ ਨਾਲ ਸੇਵਾ ਜੀ ਵੱਡੀ ਗਿਣਤੀ ਵਿੱਚ ਇੱਥੋਂ ਪਾਣੀ ਜਿਹੜਾ ਅੰਦਰ ਆਉਂਦਾ ਅਤੇ ਪਾਣੀ ਇੱਥੇ ਅੰਦਰ ਆਉਂਦਾ ਫਿਰ ਇੱਥੇ ਪਾਣੀ ਜਿਹੜਾ ਅੱਗੇ ਕੰਧਾਂ ਨੇ ਅਲੱਗ ਅਲੱਗ ਬਣੀਆਂ ਹੋਈਆਂ 15 ਫੁੱਟ ਦਾ ਲੈਵਲ ਹੈ ਜਿਹੜਾ ਵਾਈਟ ਵਾਲਾ ਸਾਹਮਣੇ ਤੁਸੀਂ ਦੇਖ ਰਹੇ ਹੋ ਸੋ 15 ਫੁੱਟ ਇੱਥੇ ਪਾਣੀ ਜਿਹੜਾ ਸਟੋਰ ਹੁੰਦਾ ਗੇਟ ਹੈ ਜੀ ਇਹ ਸਾਹਮਣੇ ਗੇਟ ਤੁਸੀਂ ਦੇਖ ਰਹੇ ਹੋ ਸਾਹਮਣੇ ਸੋ ਇੱਧਰਲੇ ਪਾਸੇ ਇਹ ਨਹਿਰ ਨਹਿਰ ਦੇ ਅਸਲੇ ਪਾਣੀ ਨਹੀਂ ਹੈ ਇਹ ਨਹਿਰ ਜਿਹੜੀ ਹੈ ਸਿੱਖ ਮਿਸਲਾਂ ਨੇ ਇਹ ਨਹਿਰ ਬਣਵਾਈ ਸੀ ਸ੍ਰੀ ਦਰਬਾਰ ਸਾਹਿਬ ਨੂੰ ਪਾਣੀ ਦੇਣ ਲਈ ਸਪੈਸ਼ਲ ਇਹ ਨਹਿਰ ਜਿਹੜੀ ਬਣਵਾਈ ਗਈ ਸੀ ਜੋ ਅੱਜ ਵੀ ਜਿਹੜੀ ਮਾਲਕੀਅਤ ਹੈ ਉਹ ਦਰਬਾਰ ਸਾਹਿਬ ਦੇ ਨਾਂ ਹੈ ਸੰਗਤ ਬਹੁਤ ਲੰਬਾਈ ਹੈ ਗੰਗਾਜਲ ਔਰ ਚੜ੍ਹਾਈ ਗੰਗਾਈ ਟੋਟਲ 7 ਮੀਲ ਫੁੱਟ ਹੈ ਜਿਹਦੇ 10 ਤੋਂ 12 ਫੁੱਟ ਪਾਣੀ ਜਾਂਦਾ ਹੈ ਸਾਹਮਣੇ ਤੁਸੀਂ ਦੇਖ ਰਹੇ ਉੱਥੋਂ ਪਾਣੀ ਜਿਹੜਾ ਹੈ ਬਾਹਰ ਕੱਢ ਦਿੱਤਾ ਜਾਂਦਾ ਹੈ ਅੱਗੇ ਸਰੋਵਰਾਂ ਨੂੰ ਇਸ ਤੋਂ ਬਾਅਦ ਫਿਰ ਘਿਓ ਮੰਡੀ ਜਾ ਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੱਸਦੀ ਹੈ ਕਿ ਇਹ ਅੱਜ ਅਸੀਂ ਖੜ੍ਹੇ ਹਾਂ ਸ੍ਰੀ ਦਰਬਾਰ ਸਾਹਿਬ ਅਤੇ 5 ਸਰੋਵਰਾਂ ਨੂੰ ਜਿਹੜੇ ਅੰਮ੍ਰਿਤਸਰ ਦੇ ਜਲ ਹੈ ਜਿਹੜਾ ਜਿੱਥੋਂ ਜਾਂਦਾ ਹੈ ਉਹ ਅੱਜ ਹੰਸਲੀ ਦੀ ਕਾਰ ਸੇਵਾ ਸ਼ੁਰੂ ਹੋ ਗਈ ਹੈ ਜੀ ਮੈਂ ਤੁਹਾਨੂੰ ਦਿਖਾ ਰਿਹਾ ਲਾਈਵ ਤਸਵੀਰਾਂ ਬਾਬਾ ਮਹੀਕ ਸਿੰਘ ਜੀ ਅਤੇ 5 ਪਿਆਰਿਆਂ ਦੇ ਨਾਲ ਇਹ ਸੇਵਾ ਸ਼ੁਰੂ ਹੋ ਚੁੱਕੀ ਹੈ ਇਹ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇਹ ਹੰਸਲੀ ਹੈ ਜੀ ਉਹ ਸ੍ਰੀ ਦਰਬਾਰ ਸਾਹਿਬ ਦੇ ਜਿੱਥੋਂ 5 ਸੋਵਰਾਂ ਨੂੰ ਜਲ ਇੱਥੇ ਪਹਿਲਾਂ ਸਟੋਰ ਕੀਤਾ ਜਾਂਦਾ ਇੱਥੋਂ ਜਲ ਸਟੋਰ ਕਰਕੇ ਫਿਰ ਅੱਗੇ 5 ਸੋਵਰਾਂ ਨੂੰ ਜਲ ਜਾਂਦਾ ਸੋ ਅੱਜ ਹੰਸਲੀ ਦੀ ਸੇਵਾ ਜਿਹੜੀ ਹੈ ਬਹੁਤ ਸਾਲਾਂ ਬਾਅਦ ਅੱਜ ਸ਼ੁਰੂ ਹੋ ਗਈ ਹੈ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ 5 ਪਿਆਰਿਆਂ ਜਿਕਾਰਿਆਂ ਦੇ ਨਾਲ ਇਹ ਸੇਵਾ ਸ਼ੁਰੂ ਹੋ ਗਈ ਹੈ ਸੰਗਤ ਪਹੁੰਚ ਗਈ ਹੈ ਵੱਡੀ ਗਿਣਤੀ ਵਿੱਚ ਸੋ ਸੰਗਤਾਂ ਨੂੰ ਫੀਲ ਹੈ ਬਾਬਾ ਜੀ ਵੱਲੋਂ ਵੀ ਬਾਬਾ ਅਮਰੀਕ ਸਿੰਘ ਵੱਲੋਂ ਕਿ ਸੰਗਤਾਂ ਇੱਥੇ ਵੱਡੀ ਗਿਣਤੀ ਵਿੱਚ ਪਹੁੰਚਣ 3 ਦਿਨ ਇਹ ਸੇਵਾ ਚੱਲੇਗੀ ਇਹ ਬਹੁਤ ਵੱਡੀ ਹੋਦ ਹੈ ਜੀ ਇੱਥੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਨੂੰ ਔਰ ਬਾਕੀ ਦੇ ਜਿਹੜੇ 4 ਸਰੋਵਰ ਹੈ ਉਹਨਾਂ ਨੂੰ ਇਹ ਜਲ ਜਾਂਦਾ ਇੱਥੇ ਜਲ ਪਹਿਲਾਂ ਸਟੋਰ ਕੀਤਾ ਜਾਂਦਾ ਸਾਫ਼ ਕੀਤਾ ਜਾਂਦਾ ਫਿਰ ਜਲ ਅੱਗੇ ਜਾਂਦਾ ਇਹਦੀ ਅੱਜ ਸੇਵਾ ਤਾਰਾਂ ਵਾਲੇ ਪੁੱਲ ਹੈ ਜਿਹੜਾ ਜੀ ਤਾਰਾਂ ਵਾਲੇ ਪੁੱਲ ਤੋਂ ਇਹਦੀ ਸੇਵਾ ਸ਼ੁਰੂ ਹੋ ਚੁੱਕੀ ਹੈ ਬਾਬਾ ਅਮਰੀਕ ਸਿੰਘ ਅਤੇ 5 ਪਿਆਰਿਆਂ ਦੇ ਨਾਲ ਤੁਹਾਨੂੰ ਦਿਖਾ ਦਿੰਦੇ ਹਾਂ ਇਹ ਇਸ ਤਰ੍ਹਾਂ 5 ਪਿਆਰੇ ਬਾਬਾ ਅਮਰੀਕ ਸਿੰਘ ਦੇ ਨਾਲ ਕਾਰ ਸੇਵਾ ਵਾਲੇ ਜਿਹੜੇ ਨੇ ਪਹਿਲਾ ਟੱਕ ਲਗਾ ਕੇ ਉਹਨਾਂ ਨੇ ਸੇਵਾ ਸ਼ੁਰੂ ਕਰ ਦਿੱਤੀ ਹੈ ਇਹ ਸ੍ਰੀ ਦਰਬਾਰ ਸਾਹਿਬ ਦੀ ਉਹ ਪਵਿੱਤਰ ਹੋਦ ਹੈ ਇੱਥੇ ਪਾਣੀ ਜਿਹੜਾ ਜਲ ਜਿਹੜਾ ਹੈ ਉਹ ਸਟੋਰ ਕੀਤਾ ਜਾਂਦਾ ਪੁਰਾਤਨ ਜਗ੍ਹਾ ਤੁਹਾਨੂੰ ਨਾਲ ਬਾਹਰੋਂ ਵੀ ਸਾਰੇ ਦਰਸ਼ਨ ਕਰਾਉਂਦੇ ਹਾਂ ਇਹ ਅੱਜ ਤੋਂ 32 ਸਾਲ ਪਹਿਲਾਂ ਜਿਹੜੀ ਹੈ ਇਹ ਹੋਦ ਬਣਾਇਆ ਗਿਆ ਸੀ ਸ੍ਰੀ ਦਰਬਾਰ ਸਾਹਿਬ ਦਾ ਜਲ ਇੱਥੇ ਸਟੋਰ ਕਰਨ ਵਾਸਤੇ ਉਹ ਸੰਗਤਾਂ ਨੂੰ ਬੇਨਤੀ ਹੈ ਕਿ ਇੱਥੇ ਵੱਡੀ ਗਿਣਤੀ ਵਿੱਚ ਪਹੁੰਚੋ ਸੇਵਾ ਵਾਸਤੇ ਇਹ ਕਾਰ ਸੇਵਾ ਜਿਹੜੀ ਹੈ 3 ਦਿਨ ਚੱਲੇਗੀ ਇੱਥੋਂ ਇਹਦੀ ਸਫਾਈ ਦੀ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਾਰ ਸੇਵਾ ਸ਼ੁਰੂ ਹੋ ਗਈ ਹੈ ਜਸਟ ਹੁਣੇ ਇਹ ਕਾਰ ਸੇਵਾ ਸ਼ੁਰੂ ਹੋਈ ਹੈ ਸੰਗਤਾਂ ਵੱਡੀ ਗਿਣਤੀ 'ਚ ਪਹੁੰਚੀਆਂ ਨੇ ਬਾਬਾ ਅਮਰੀਕ ਸਿੰਘ ਵੱਲੋਂ ਨਾਲ ਹੀ ਬੇਨਤੀ ਹੈ ਕਿ ਹੋਰ ਵੀ ਸੰਗਤਾਂ ਇੱਥੇ ਪਹੁੰਚਣ ਅਤੇ ਇਹ ਦੇਖ ਸਕਦੇ ਹੋ ਇਹ 5 ਪਿਆਰੇ ਪਹਿਲੇ ਜਿਹੜੇ ਬੈਠੇ ਨੇ 5 ਕਾਰ ਸੇਵਾ ਦੇ ਉਹ ਜਾ ਰਹੇ ਨੇ ਪਹਿਲੇ 5 ਬੈਠੇ ਸੋ ਇਹ 5 ਬਾਟਿਆਂ ਦੇ ਨਾਲ ਸੇਵਾ ਸ਼ੁਰੂ ਹੋ ਚੁੱਕੀ ਹੈ ਇਸ ਤੋਂ ਬਾਅਦ ਅੱਗੇ ਸੇਵਾ ਜਿਹੜੀ ਹੈ ਜੀ ਉਹ ਸੰਗਤ ਵੱਲੋਂ ਕੀਤੀ ਜਾਏਗੀ ਦੁਪਹਿਰ ਨੂੰ ਇੱਥੇ 1:30 ਵਜੇ ਬੀਬੀ ਜਗੀਰ ਕੌਰ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਪਹੁੰਚ ਰਹੇ ਨੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸ੍ਰੀ ਅਕਾਲ
ਤੇ ਤੁਹਾਨੂੰ ਦੱਸਦੀ ਹੈ ਜੀ ਕਿ ਇਹ ਸ੍ਰੀ ਦਰਬਾਰ ਸਾਹਿਬ ਦੀ ਜਿਹੜੀ ਬੋਲੀ ਹੈ ਹੰਸਲੀ ਕਹਿ ਸਕਦੇ ਹਾਂ ਆਪਾਂ ਹੋਰ ਕਹਿ ਸਕਦੇ ਹਾਂ ਉਹਦੀ ਅੱਜ ਸਫਾਈ ਦੀ ਕਾਰ ਸੇਵਾ ਜਿਹੜੀ ਜੀ ਸ਼ੁਰੂ ਹੋ ਚੁੱਕੀ ਹੈ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ ਤੁਸੀਂ ਦੇਖ ਸਕਦੇ ਹੋ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ ਉਹਨਾਂ ਵੱਲੋਂ ਇਹ ਸਫਾਈ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਬਾਬਾ ਅਮਰੀਕ ਸਿੰਘ ਜੀ ਵੱਲੋਂ ਕਾਰ ਸੇਵਾ ਵਾਲੇ ਅਤੇ ਇਹ ਉਹ ਹੋਦ ਹੈ ਜੀ ਤੁਹਾਨੂੰ ਬਾਹਰੋਂ ਦਿਖਾ ਦਿੰਦੇ ਹਾਂ ਸਾਰਾ ਇਹ ਹੋਦ ਬਣਿਆ ਸੀ 1984 ਦੇ ਵਿੱਚ ਬਹੁਤ ਵੱਡਾ 170x50 ਦਾ ਇਹ ਹੋਦ ਹੈ ਬਾਅਦ ਜਿਹੜੀ ਨਹਿਰ ਹੈ ਉਹਦਾ ਵੀ ਤੁਹਾਨੂੰ ਦਿਖਾਉਂਦੇ ਹਾਂ ਕਿ ਇਸ ਹੋਦ 'ਚ ਪਹਿਲਾਂ ਪਾਣੀ ਜਿਹੜਾ ਉਹ ਸਟੋਰ ਕੀਤਾ ਜਾਂਦਾ ਸ਼੍ਰੀ ਦਰਬਾਰ ਸਾਹਿਬ ਨੂੰ ਜਲ ਜਾਣ ਤੋਂ ਪਹਿਲਾਂ ਇਸ ਹੋਦ 'ਚ ਸਟੋਰ ਕੀਤਾ ਜਾਂਦਾ ਇੱਥੇ ਸਾਫ਼ ਹੁੰਦਾ ਪਾਣੀ ਉਹਦੇ 'ਚ ਮਿੱਟੀ ਵਗੈਰਾ ਜਿਹੜੀ ਉਹ ਥੱਲੇ ਪੈਂਦੀ ਹੈ ਵੈਸਲੇ ਇੱਥੇ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਸਰੋਵਰ 'ਚ ਜਲ ਜਲ ਦੀ ਹੰਸਲੀ ਬਣਵਾਈ ਔਰ ਉਹੀ ਅਸੀਂ ਉਸੇ ਹੰਸਲੀ ਦੀ ਸੇਵਾ ਅੱਜ ਅਸੀਂ ਸਫਾਈ ਦੇ ਤੌਰ 'ਤੇ ਆਰੰਭ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੰਘ ਸਾਹਿਬਾਨ ਜਾਨੀ ਮਨਪ੍ਰੀਤ ਸਿੰਘ ਜੀ ਹੋਰ ਸੰਤ ਮਹਾਂਪੁਰਖ ਸਾਰਿਆਂ 'ਚ ਸੇਵਾ ਵਿੱਚ ਸਾਰੇ ਹਾਜ਼ਰੀ ਭਰ ਰਹੇ ਨੇ ਔਰ ਜੋ ਜੀ ਸਫਾਈ ਹੈ ਅੱਜ ਸ਼ੁਰੂਆਤ ਕਰਕੇ ਅੰਦਾਜ਼ਾ ਇਸ ਹੋਰ ਦੀ ਸੇਵਾ ਅੰਦਾਜ਼ 3 ਦਿਨ ਚੱਲੇਗੀ ਉਸ ਤੋਂ ਬਾਅਦ ਨਿਰਵਿਘਨ ਸੇਵਾ ਹਾਸਲ ਦੀ ਦਰਵਾਜ਼ ਤੱਕ ਜਾਏਗੀ ਬਾਬਾ ਜੀ ਕਿੰਨੇ ਫਿਲਟਰ ਕੱਢਣ ਜਿਹਦੇ ਵਿੱਚ ਪਾਣੀ ਜਿਹੜਾ ਜਾਣਾ ਕਿ ਸਰੋਵਰਾਂ ਦੇ ਵਿੱਚ ਕਿੰਨਾ ਕੁ ਪਹੁੰਚਾ ਦਿੰਦਾ ਪਹਿਲਾਂ ਇਹਦੀ ਇਹਦੀ ਕਾਸ਼ਵਾ ਦੀ ਚੱਲ ਗਈ ਪਹਿਲਾਂ ਔਰ ਜੀ ਆਪਾਂ ਟੈਂਕੀ ਕਹਿੰਦੇ ਹਾਂ ਅਸੀਂ ਜਾਗਰੂਕ ਵੀ ਕਰਨਾ ਪਹਿਲਾਂ ਜੀ ਕਾਸ਼ਵਾ ਉਸ ਤੋਂ ਬਾਅਦ ਜਿਹੜੇ ਜਿਵੇਂ ਪਿੱਛੇ ਬਰਸਾਤਾਂ ਵਿੱਚ ਡੈਕਸ ਮੈਂ ਗਾਰਮ ਕਰਦਾ ਉਹਦੇ ਵਾਸਤੇ ਅਸੀਂ ਵਾਟਰ ਟ੍ਰੀਟਮੈਂਟ ਕਰਦੇ ਲੰਬਾਈ ਟੋਟਲ 7 ਫੁੱਟ ਹੈ ਜਿਹਦੇ 'ਚ 10 ਤੋਂ 12 ਫੁੱਟ ਪਾਣੀ ਰਹਿੰਦਾ ਔਰ ਕਈ 15 ਫੁੱਟ ਹੋ ਜਾਣਾ ਪਾਣੀ ਜਦੋਂ ਇਹ ਸੰਤੋਸ਼ਾ ਸਰੋਵਰ ਜਾਵੇ ਫਿਰ ਪਿੱਛੋਂ ਪਾਣੀ ਦਾ ਅਤੇ 50 ਸਰੋਵਰਾਂ ਵਿੱਚ ਸੱਚਖੰਡ ਸਿੰਘ ਹਰਿਮੰਦਰ ਸਾਹਿਬ ਸੋ ਇਹ ਤੁਸੀਂ ਦੇਖ ਰਹੇ ਹੋ ਜੀ ਬਾਹਰੋਂ ਤੁਹਾਨੂੰ ਦਿਖਾ ਦਿੰਦੇ ਹਾਂ ਹੋਦ ਤਾਰਾਂ ਵਾਲੇ ਪੁੱਲ ਦੇ ਕੋਲ ਇਹ ਹੋਦ ਹੈ ਬਹੁਤ ਵੱਡਾ ਇੱਕ ਵਿਸ਼ਾਲ ਹੋਦ ਹੈ ਜਿੱਥੋਂ 50 ਸਰੋਵਰਾਂ ਨੂੰ ਜਿਹੜੇ ਦਰਬਾਰ ਸਾਹਿਬ ਦੇ ਨਾਲ ਰਾਮਸਰ ਸਾਹਿਬ ਸੰਤੋਖਸਰ ਸਾਹਿਬ ਕੌਲਸਰ ਸਾਹਿਬ ਵਿਵੇਕਸਰ ਸਾਹਿਬ ਸੋ ਇਹ ਉਹ ਹੋਦ ਹੈ ਜਿੱਥੇ ਪਹਿਲਾਂ ਪਾਣੀ ਆ ਕੇ ਸਟੋਰ ਹੁੰਦਾ ਤੁਹਾਨੂੰ ਸਾਰਾ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਪਾਣੀ ਇਹਦੇ ਅੰਦਰ ਆਉਂਦਾ ਹੈ ਕਿਸ ਤਰ੍ਹਾਂ ਸਟੋਰ ਹੁੰਦਾ ਇਹ ਬਾਹਰੋਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇਸ ਵੇਲੇ ਕਾਰ ਸੇਵਾ ਜਿਹੜੀ ਉਹ ਚੱਲ ਰਹੀ ਹੈ ਅਤੇ ਸ਼ੁਰੂ ਹੋ ਚੁੱਕੀ ਹੈ ਪਹਿਲੇ 5 ਬਾਟੇ ਜਿਹੜੇ ਨੇ ਉਹ ਜਾ ਚੁੱਕੇ ਨੇ ਅਤੇ ਉਹ ਬਹੁਤ ਵੱਡਾ ਹੋਦ ਹੈ 3 ਦਿਨੇ ਸੇਵਾ ਚੱਲੇਗੀ ਔਰ ਪਾਣੀ ਜਿਹੜਾ ਇਹਦੇ ਹੋਦ ਦੇ ਅੰਦਰ ਤੁਸੀਂ ਦੇਖੋ ਦਿਖਾ ਦਿੰਦੇ ਹਾਂ ਤੁਹਾਨੂੰ ਬਾਹਰੋਂ ਨਹਿਰ ਤੋਂ ਪਾਣੀ ਜਿਹੜਾ ਸਾਹਮਣੇ ਜਿਹੜਾ ਤੁਸੀਂ ਹੋਦ ਦੇਖ ਰਹੇ ਹੋ ਸਾਹਮਣੇ ਇੱਥੋਂ ਪਾਣੀ ਜਿਹੜਾ ਅੰਦਰ ਆਉਂਦਾ ਹੈ ਅਤੇ ਪਾਣੀ ਇੱਥੇ ਅੰਦਰ ਆਉਂਦਾ ਫਿਰ ਇੱਥੇ ਪਾਣੀ ਜਿਹੜਾ ਅੱਗੇ ਇਹ ਕੰਧਾਂ ਨੇ ਅਲੱਗ ਅਲੱਗ ਬਣੀਆਂ ਹੋਈਆਂ ਕੰਧਾਂ ਦੇ ਵਿੱਚ ਪਾਣੀ ਜਿਹੜਾ ਸਟੋਰ ਹੁੰਦਾ ਇਹਨੂੰ ਇੱਥੇ ਰੋਕਿਆ ਜਾਂਦਾ ਸੋ ਜਿਹੜੀ ਗਾਰ ਹੈ ਉਹ ਥੱਲੇ ਬੈਠ ਜਾਂਦੀ ਹੈ ਅਤੇ ਸਵੱਛ ਜਲ ਜਿਹੜਾ ਉਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਉੱਥੇ ਸਵੱਛ ਜਲ ਉੱਥੋਂ ਦੀ ਜਿਹੜਾ ਬਾਹਰ ਹੋ ਜਾਂਦਾ ਸੋ ਇਹ ਸੇਵਾ ਕਾਰ ਸੇਵਾ ਸ਼ੁਰੂ ਹੋ ਗਈ ਹੈ ਬਾਬਾ ਜੀ ਵੱਲੋਂ ਬੇਨਤੀ ਹੈ ਕਿ ਸੰਗਤਾਂ ਜਿਹੜੀਆਂ ਉਹ ਵੱਡੀ ਗਿਣਤੀ ਵਿੱਚ ਇੱਥੇ ਪਹੁੰਚਣ ਬਾਹਰ ਤੁਹਾਨੂੰ ਦਿਖਾ ਦਿੰਦੇ ਹਾਂ ਜੀ ਨਹਿਰ ਸੋ ਸੰਗਤਾਂ ਹੁੰਮ ਹੁੰਮ ਆ ਕੇ ਪਹੁੰਚ ਰਹੀਆਂ ਨੇ ਮੀਡੀਆ ਦਾ ਕਾਫੀ ਮਾਮਲਾ ਇੱਥੇ ਅੱਜ ਇਹ ਬਾਹਰੋਂ ਇਹ ਹੋਦ ਹੈ ਦੇਖ ਰਹੇ ਟੈਂਟ ਲੱਗੇ ਹੈ ਇਹ ਸਾਰਾ ਉਹ ਵੱਡਾ ਵਿਸ਼ਾਲ ਹੋਦ ਹੈ ਜਿੱਥੋਂ ਸ਼੍ਰੀ ਦਰਬਾਰ ਸਾਹਿਬ ਦਾ ਜਲ ਜਿਹੜਾ ਇਹਦੇ ਥੱਲੇ ਜਿਹੜਾ ਸਟੋਰ ਕੀਤਾ ਜਾਂਦਾ ਔਰ ਇੱਧਰਲੇ ਖੱਬੇ ਪਾਸੇ ਜਿਹੜੀ ਹੈ ਨਹਿਰ ਹੈ ਇਹ ਗੇਟ ਨੇ ਉਸ ਨਹਿਰ ਦੇ ਜਿੱਥੋਂ ਤੁਹਾਨੂੰ ਦਿਖਾ ਦਿੰਦੇ ਹਾਂ ਨਹਿਰ ਦੇ ਇਸਲੇ ਪਾਣੀ ਨਹੀਂ ਹੈ ਬਿਲਕੁਲ ਜਦੋਂ 3 ਦਿਨ ਬਾਅਦ ਇਹਦੀ ਸਫਾਈ ਹੋ ਜਾਏਗੀ ਇਹ ਹੋਰ ਵੀ ਅਤੇ ਉਸ ਤੋਂ ਬਾਅਦ ਇਹ ਪਾਣੀ ਨਹਿਰ ਦੇ ਵਿੱਚ ਜਿਹੜਾ ਛੱਡਿਆ ਜਾਏਗਾ ਇਹਦਾ ਨਹਿਰ ਦਾ ਵੀ ਪੁਰਾਤਨ ਇਤਿਹਾਸ ਤੁਹਾਨੂੰ ਦੱਸ ਦਿੰਦੇ ਹਾਂ ਇਹ ਉਹ ਗੇਟ ਆ ਜੀ ਇਹ ਸਾਹਮਣੇ ਗੇਟ ਤੁਸੀਂ ਦੇਖਦੇ ਹੋ ਸਾਹਮਣੇ ਹੋਰ ਹੈ ਸੋ ਇੱਧਰਲੇ ਪਾਸੇ ਇਹ ਨਹਿਰ ਨਹਿਰ ਦੇ ਇਸਲੇ ਪਾਣੀ ਨਹੀਂ ਹੈ ਇਹ ਨਹਿਰ ਜਿਹੜੀ ਹੈ ਸਿੱਖ ਮਿਸਲਾਂ ਨੇ ਇਹ ਨਹਿਰ ਬਣਵਾਈ ਸੀ ਸ਼੍ਰੀ ਦਰਬਾਰ ਸਾਹਿਬ ਨੂੰ ਪਾਣੀ ਦੇਣ ਲਈ ਸਪੈਸ਼ਲ ਇਹ ਨਹਿਰ ਜਿਹੜੀ ਬਣਵਾਈ ਗਈ ਸੀ
जो अज भी जी मालकीयत है वह दरबार साहब के ना है और रख रखाव जरा पंजाब सरकार को लेकिन सरकार वालों जड़े आ लोड़ी कदम इतने नहीं चुके जा रहे। सो हूँ ये तुम दिखा दिए कि सामने जोड़ा गेट है ये नहर आ गई नहर जो इतों तक पानी आ जाता जी तो जी कोआर्डीनेशन है सारी पानी छड़न की वह श्रोमणी कमेटी की सरकार नाल रही है नहरी जोड़ा डिपार्टमेंट वो रही है। सो ये गेट है ये गेट तो इदा चुकया जाता उपर तुम दिखा देने पहला जालियाँ लगियां ता कि जाली तो जड़ा भी कोई वड्डा वड्डी कोई चीज़ इतने जाली तो ही वह रह जाए। सो जाली तो बाद ये वड्डा गेट है यह तुम देख सकते हो कि सेम एक बार तुम पहला भी दिखाया से जिते सब तो पहला लाइट जी बनी सी उत्थे भी पानी किस तरह आता सी। सो ये गेट है गेट इस तरह चुकया जाता जी तो और इस तो बाद जो तुम अंदर दिखाया पानी जरा उ पहुँचता इस तो अलावा ये भी जरा इतों पानी जरा वापस आ जाता जरा अनलड़ा हो ओवरफ्लो कर देना जो तो इतों पानी वापस आ जाता। सो ये नहर से असं खड़े हाँ सामने तुम देख रहे हो कि तारा पुल जरा अमृतसर का मशहूर है ये तारा पुल है। सो बाबा जी वालों बेनती है कि हुम हुम आ के तो संगत पहुँचे तीन दिन ये कार सेवा चलेगी ये सामने कार सेवा और तारा पुल है जी और ये होद है बहुत विशाल होद तुम अंदर जाके एक बार फिर दिखाने ये विशाल होद है जिसे थले पानी स्टोर हों पानी जाता कितों है जी इतों पानी जाता है ये पानी इतों थले जाता है अगे जाली लगी है पिछे और गेट लगा जरा गेट जो चुक दिता जाता है और पानी जरा नहर के बच्चे है वह SGPC सो इसलिए नहर च पानी जरा बिल्कुल नहीं है नहर सुकी है क्योंकि इसलिए अंदर कार सेवा जी है शुरू हो चुकी है उन्होंने भी खाली करद 10 दिन हो गए ने। सो पहली बारी वो होद की कार सेवा चल रही है इस तो बाद जड़े ने व्डे प्लैन ने बाबा जी के दसन अनुसार इस तो बाद फिल्टर लगन गए इस बार और जे संगत ने सहयोग दिता सारे सहयोग दिता तो बाबा जी ने कहा भी इतने असी सारी नहर के आले दुआले इतने सारे नहर के आले दुआले इतने जंगले लाए जाएंगे सारे। सो बाबा जी भी नाल बेनती है बाबा अमरीक सिंह जी कार सेवा वाले जड़े ने कि संगत सहयोग करे असी इतने सारे जंगले जड़े दोनों पासे जंगले इतने लवा देंगे ता कि किसी किस्म का जो सफाई भी हो जाए उस तो बाद भी इतों जड़े कोई जानवर है ज जा पशु है जड़ा वो अंदर ना जाए वो नहर दे। सो नहर की सफाई जी है वो इन्नी ज़्यादा वधिया नहीं है। सो आओ तुम अंदर नाल दिखा दें कि इस तो बाद बेनती है कि शेयर करी जाए जो नहीं आ सके क्योंकि श्री दरबार साहब विखे जो कार सेवा होंगी है बहुत साल बाद होंगी है ये सेम उस तरह की कार सेवा है उस जल की कार सेवा सरोवर की कार सेवा नहीं है बट लेकिन होद की कार सेवा है जड़ा जड़े होद तो जड़ी बोली तो जड़ी हंसली तो पानी जाता है। सो ये सामने जरा देख रहे हो सारा विशाल जरा होद है जरा तुम अंदरों आप दिखा रहे हैं थले बेस ये जरा अंडरग्राउंड जरा बनया। सो अगर तुम सेवा करनी चाहते हो संगत वैसे काफ़ी वड्डी गिनती पहुँचिया ने सेवा करनी चाहते हो तो तुम पहुँचो तीन दिन इन लगन गए सफाई तो 15 फुट का लैवल है जरा वाइट वाला सामने तुम देख रहे हो। सो 15-15 फुट इतने पानी जरा स्टोर हों सो एक थान से पहला तुम दिखाया कि इतने पिछों की जरा थले नाल है पिछे तुम सामने दिखाया भी उधरले पासे जरा पाइप है बहुत वड्डी उतरों पानी आता फिर पानी इतने स्टोर हों और इतों फिर पानी हौली हौली अगे जाता है और इस जरा ये जरा होद है ये 1984 के बनाया गया सी तो उस तो बाद पहली बार यदि सफाई जी हो जा रही है संगतान की जी अपील है बेनती है वे कि बाबा जी ये काम जरा होना चाहिए देख रहे हो तो संगतान इतने वड्डी गिनती पहुँचने की अपील है बाबा जी वालों के पहुँचिया जा होद सारा विखा दें सारा लंबे तो लंबा जरा 170 by 170 लंबा जी ये 50 फुट जरा ये चौड़ा है ये 15-15 फुट पानी जरा स्टोर किया जाता तो आप अंदाजा लगा सकते हो कि कितना ज़्यादा इतने जल है श्री दरबार साहब मंदिर वास्ते वो जरा स्टोर किया जाता विचकार कंध है और दोवें पासे जी निवान है वो सेंटर च है ता कि वो अगे जरा सामने तुम देख रहे हो उतों पानी जरा बाहर कढ़ दिता जाता है अगे सरोवर और इस तो बाद फिर घ्यो मंडी जाके जरा हंसली है इस तो बाद घ्यो मंडी वाली जी हंसली है उत्तर फिर पानी की सफाई होंगी है और उतों पंजां दिशां दे विच जिवें 5 सरोवर उतों संतोखसर साहब विवेकसर साहब रामसर साहब कौलसर साहब और दरबार साहब
ਉੱਥੋਂ ਪੰਜਾਂ ਸਰੋਵਰਾਂ ਨੂੰ ਪਾਣੀ ਫਿਰ ਇਸ ਤੋਂ ਬਾਅਦ ਜਦੋਂ ਅੱਗੇ ਘਿਓ ਵੰਡ ਜਾਂਦਾ ਉੱਥੇ ਸ਼ੁਰੂ ਹੋ ਜਾਂਦਾ। ਤੁਸੀਂ ਦੇਖ ਰਹੇ ਹੋ ਕਿ ਪੌੜੀਆਂ 'ਤੇ ਵੀ ਬਹੁਤ ਜ਼ਿਆਦਾ ਦਾਰ ਹੈ, ਇਹਦੀ ਸਫਾਈ ਜਿਹੜੀ ਆ ਸ਼ੁਰੂ ਹੋ ਚੁੱਕੀ ਹੈ ਸੰਗਤ ਵੱਲੋਂ। ਇਹ ਤਸਵੀਰਾਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ। ਇਹ ਤਸਵੀਰਾਂ ਜਿਹੜੀਆਂ ਨੇ ਆਮ ਨਹੀਂ ਨੇ ਤਸਵੀਰਾਂ, ਬਹੁਤ ਸਾਰੇ ਜਨਰੇਸ਼ਨ ਜਿਹੜੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਕਾਰ ਸੇਵਾ ਜਿਹੜੀ ਸਰੋਵਰਾਂ ਦੀ ਹੋਈ ਹੈ ਉਹਨੂੰ ਨਹੀਂ ਦੇਖਿਆ ਹੋਏਗਾ। ਸੋ ਇਹ ਸੇਮ ਜਲ ਹੈ ਜੀ ਜਿਹੜਾ ਦਰਬਾਰ ਸਾਹਿਬ ਜਿਹੜਾ ਜਲ ਜਾਂਦਾ। ਉਹ ਸੰਗਤ ਦਾ ਜਿਹੜਾ ਸ਼ੁਰੂ ਹੋ ਚੁੱਕਾ, ਪੰਜ ਪਿਆਰੇ ਪਹਿਲੇ ਜਿਹੜੇ ਨੇ ਉਹਨਾਂ ਵੱਲੋਂ ਪੰਜ ਬਾਟੇ ਲਗਾ ਕੇ, ਜਿਹਦੇ 'ਚ ਬਾਬਾ ਅਮਰੀਕ ਸਿੰਘ ਜੀ ਸਨ, ਐਜੀਪੀਸੀ ਮੈਂਬਰ ਸਨ, ਹੋਰ ਵੀ ਮਹਾਂਪੁਰਸ਼ ਸਨ। ਸੋ ਇਹ ਇੱਥੇ ਸ਼ੁਰੂ ਹੋ ਚੁੱਕਾ। ਬਾਬਾ ਜੀ, ਬਾਬਾ ਜੀ, ਅੰਦਾਜ਼ਨ ਤੁਹਾਨੂੰ ਕਿੰਨੇ ਕਿੰਨੇ ਫੁੱਟ ਲੱਗਦੀ ਹੈ ਗਾਰ ਇੱਥੇ? ਅੰਦਾਜ਼ਨ ਇੱਧਰ ਘੱਟ ਹੀ ਹੈ, 6-6 ਇੰਚੀ ਹੈ, 7-7 ਉੱਧਰ ਜ਼ਿਆਦਾ ਹੈ ਜੀ, ਅਗਲੇ ਪਾਸੇ ਜ਼ਿਆਦਾ। ਹਾਂਜੀ, ਉੱਧਰ ਨੂੰ ਢਲਾਣ ਹੈ ਜੀ, ਉੱਧਰ ਨੂੰ ਢਲਾਣ ਹੈ ਅਤੇ ਉੱਧਰਲੇ ਪਾਸੇ ਜ਼ਿਆਦਾ। ਕਿੰਨਾ ਕੁ ਦਿਨ ਤੁਹਾਡੇ ਅੰਦਾਜ਼ਨ ਬਾਬਾ ਜੀ ਲੱਗ ਸਕਦੇ ਹਨ? ਦੋ ਦਿਨਾਂ 'ਚ ਸਫਾਈ ਹੋ ਜਾਣੀ ਹੈ ਜੀ। ਹਾਂਜੀ, ਦੋ ਦਿਨਾਂ 'ਚ ਸਫਾਈ ਹੋ ਜਾਣੀ, ਦੋ ਦਿਨਾਂ 'ਚ ਸਫਾਈ ਹੋ ਜਾਣੀ। ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਵੱਡੀ ਗਿਣਤੀ 'ਚ ਪਹੁੰਚ, ਬਹੁਤ ਸਾਰੀਆਂ ਸੰਗਤਾਂ ਵੇਖ ਰਹੀਆਂ ਸੰਗਤਾਂ ਬਹੁਤ ਆ ਰਹੀਆਂ ਜੀ ਸੇਵਾ ਨੂੰ। ਹਾਂਜੀ, ਅਤੇ ਉਹਨਾਂ ਦੇ ਲੰਗਰ ਪਾਣੀ ਦਾ ਪ੍ਰਬੰਧ ਇੱਥੇ ਸਾਰਾ ਕੁਝ ਪ੍ਰਬੰਧ ਆ ਜੀ, ਉੱਤੇ ਲੰਗਰ ਪਾਣੀ ਉੱਤੇ ਛਕਾਉਣ ਡਏ ਹਾਂ ਜੀ। ਹਾਂਜੀ, ਅਤੇ ਵਧੀਆ ਸੇਵਾ ਚੱਲਣ ਡਈ ਆ ਜੀ। ਇਹ ਪਹਿਲੀ ਵਾਰੀ ਬਾਬਾ ਸੇਵਾ ਹੋ ਰਹੀ ਹੈ? ਇਹ 5-5 ਸਾਲਾਂ ਬਾਅਦ ਸੇਵਾ ਕਰਦੇ, 5-10 ਸਾਲਾਂ ਬਾਅਦ ਸੇਵਾ ਕਰਦੇ, ਜਿਵੇਂ ਵੇਖ ਲਈ ਦਾ ਵੀ ਗਾਰ ਘੱਟ ਹੈ। ਇਹਨੂੰ ਕਿੰਨੇ ਦਿਨ ਲੱਗੇ ਬਾਬਾ ਜੀ ਖਾਲੀ ਕਰਨ ਤੇ? ਪਹਿਲਾਂ ਖਾਲੀ ਕਰਨ 2-3 ਹਫ਼ਤਾ ਹੀ ਹੋ ਗਿਆ ਵੈਸੇ ਜੀ। ਹਫ਼ਤਾ ਹੋ ਗਿਆ ਇਹਨੂੰ ਖਾਲੀ ਕਰਦੇ ਹਨ? ਹਾਂਜੀ ਹਾਂਜੀ, ਠੀਕ ਹੈ। ਤੁਸੀਂ ਦੇਖ ਰਹੇ ਹੋ ਕਿ ਛੋਟੇ ਬੱਚੇ ਦੇਖੋ, ਇਹ ਛੋਟੇ ਬੱਚੇ ਵੀ ਪਹੁੰਚੇ ਨੇ ਜੀ ਇੱਥੇ। ਦੇਖ ਰਹੇ ਹੋ ਇਹ ਸੰਗਤਾਂ ਦਾ ਬੜਾ ਉਤਸ਼ਾਹ ਹੈ। ਜ਼ਿਆਦਾ ਹਲਕਾ ਕਰਾ ਦਿਓ, ਜ਼ਿਆਦਾ ਵੈ ਦੀ ਗਿਣਤੀ ਵੱਧ ਰਹੀ ਹੈ ਜੀ, ਸੰਗਤਾਂ ਪਹੁੰਚ ਰਹੀਆਂ ਨੇ ਨਹਿਰ ਨੂੰ, ਜਿਹੜਾ ਤੁਸੀਂ ਪੱਕਾ ਕਰਾਉਣ ਵਾਲੀ ਗੱਲ ਹੈ, ਕਮੈਂਟ ਪੜਿਆ ਵਿੱਚ ਕਿਸੇ ਦਾ ਅਸੀਂ ਦੇਖ ਰਹੇ ਸ਼ੁਰੂਆਤੀ ਬਾਟੇ ਆ ਜੀ ਜਿਹੜੇ ਜਾ ਰਹੇ ਆ ਕਾਰ ਸੇਵਾ ਦੇ। ਸੰਗਤ ਲਗਾਤਾਰ ਸ਼ੁਰੂ ਹੋ ਗਈ, ਸੰਗਤ ਪਹੁੰਚ ਵੀ ਰਹੀ ਆ, ਦੇਖੋ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਸੰਗਤਾਂ ਆਲੇ ਦੁਆਲੇ ਉਹ ਪਹੁੰਚ ਰਹੀਆਂ ਨੇ ਜਿਹੜੇ ਪਹਿਲੇ 5 ਪਿਆਰੇ ਸੀ, ਜਿਨ੍ਹਾਂ ਦੇ ਵਿੱਚ ਇਹ ਬਾਬਾ ਜੀ ਸਾਹਮਣੇ ਸਕਰੀਨ 'ਤੇ ਨਾਂ ਨਹੀਂ ਅਸੀਂ ਇਹਨਾਂ ਦਾ ਜਾਣਦੇ। ਸੋ ਪਹਿਲੇ 5 ਪਿਆਰਿਆਂ ਵਿੱਚ ਸ਼ਾਮਿਲ ਸਨ। ਸੋ ਇਸ ਤੋਂ ਬਾਅਦ ਸੋ ਇਸ ਤਰ੍ਹਾਂ ਸੰਗਤਾਂ ਜਿਹੜੀਆਂ ਬਾਹਰ ਆ ਕੇ ਇੱਥੇ ਗਾਰ ਸੁੱਟਣੀ ਸ਼ੁਰੂ ਹੋ ਗਈ। ਇੱਥੋਂ ਅੱਗੇ ਗਾਰ ਜਿਹੜੀ ਅੱਗੇ ਟਰਾਲੀਆਂ 'ਚ ਪਾ ਕੇ ਅੱਗੇ ਫਿਰ ਖੇਤਾਂ ਦੇ ਵਿੱਚ ਪੈਲੀਆਂ ਦੇ ਵਿੱਚ ਉਹ ਗਾਰ ਨੂੰ ਜਿਹੜਾ ਕੀਤਾ ਜਾਏਗਾ। ਹਾਂਜੀ ਹਾਂਜੀ, ਰੱਖੋ, ਦੇਖ ਰਹੇ ਹੋ ਛੋਟੇ ਛੋਟੇ ਬੱਚੇ ਵੀ ਜਿਹੜੇ ਨੇ ਬੜੇ ਜੋਸ਼ ਨਾਲ, ਲਾਈਵ ਚੱਲਦਾ ਪਿਆ ਬਾਬੇ। ਬਾਬੇ ਕਿੱਥੋਂ ਆਏ ਆਪਾਂ? ਹਾਂਜੀ, ਕਿੰਨੀ ਕੁ ਦੂਰ ਹੈ ਕਰਨ ਲੱਗ ਗਏ ਜੀ? ਕੈਂਪ ਕਰਨ ਲੱਗ ਗਏ ਹੋਏ? ਹਾਂਜੀ ਹਾਂਜੀ, 7 ਕਿਲੋਮੀਟਰ। ਕਿੰਨੀ ਕੁ ਸੰਗਤ ਆਈ ਹੈ? ਸੰਗਤ ਬਹੁਤ ਆਈ ਜੀ, ਸੰਗਤ ਆ ਰਹੀ ਹੈ ਤੇ ਜੋਸ਼ ਹੈ ਸੰਗਤਾਂ 'ਚ ਬੜਾ, ਬਹੁਤ ਜ਼ਿਆਦਾ ਮਾਤਾ ਦੀ ਕਿਰਪਾ, ਬਹੁਤ। ਇਹਦਾ ਮਤਲਬ ਤੇ ਉਹਨਾਂ ਹੀ ਹੈ ਜਿੰਨਾ ਉੱਥੇ ਆਪਾਂ ਸਰੋਵਰ ਦਾ, ਦਰਬਾਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਦਾ ਜਿੰਨਾ ਮਤਲਬ ਆ, ਉਹਨਾਂ ਹੀ ਮਤਲਬ ਹੈ। ਜਲ ਤੇ ਇੱਥੋਂ ਹੀ ਜਾਂਦਾ, ਇੱਥੋਂ ਜਾਂਦਾ, ਇੱਥੇ ਹੀ ਉੱਥੇ ਜਾਂਦਾ। ਬਹੁਤ ਸ਼ਰਧਾ ਹੀ, ਮੰਗਲਵਾਰ ਦੇ ਮੰਗਲਵਾਰ ਆਈਦਾ ਦਰਬਾਰ ਸਾਹਿਬ। ਹਾਂਜੀ, ਗੁਰੂ ਸਾਹਿਬ ਦੀ ਕਿਰਪਾ ਨਾਲ ਆਈਦਾ, ਗੁਰੂ ਸਾਹਿਬ ਦੀ ਕਿਰਪਾ। ਹਾਂਜੀ, ਮਹਾਰਾਜ ਤੁਸੀਂ ਕਿੱਥੋਂ ਆਏ? ਨਾਲ ਹੀ ਆਇਓ ਤੇ ਦੇਖ ਰਹੇ ਮਾਤਾ ਜੀ ਬੜੇ ਜੋਸ਼ ਨਾਲ ਲੱਗੇ ਕਿ ਹੋ ਕੇ, ਤੁਹਾਡੇ ਗੋਡੇ ਕਾਡੇ ਨਹੀਂ ਦੁਖਦੇ? ਠੀਕ ਹੈ ਜੀ, ਠੀਕ ਹੈ, ਬੱਚੇ ਨਾਲ ਆਏ ਨੇ, ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ, ਇਸੇ ਕਰਕੇ ਕੋਈ ਕੱਟ ਨਹੀਂ। ਖੇਮਕਰਨ ਤੋਂ ਸੰਗਤ ਪਹੁੰਚੀ ਆ, ਇਹ 5 ਪਿਆਰੇ ਸਨ ਜਿਨ੍ਹਾਂ ਨੇ ਸੇਵਾ ਸ਼ੁਰੂ ਕੀਤੀ ਹੈ ਲਾਖਨੇ ਤੋਂ। ਔਰ ਤੁਹਾਨੂੰ ਇਹ ਦੱਸ ਦਈਏ ਕਿ 1:30 ਵਜੇ ਇੱਥੇ IGPC ਦਾ ਜਿਹੜੇ ਪ੍ਰਧਾਨ ਨੇ ਉਹ, ਔਰ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ, ਇੱਥੋਂ ਪਾਣੀ ਕਿਸ ਤਰ੍ਹਾਂ ਜਾਂਦਾ ਨਹਿਰ ਦੇ ਵਿੱਚੋਂ ਇਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਇਹ ਨਹਿਰ ਇਸ ਵੇਲੇ ਬਿਲਕੁਲ ਸੁੱਕੀ ਹੈ, ਇਹਦੇ 'ਚ ਪਾਣੀ ਉਦੋਂ ਹੀ ਛੱਡਿਆ ਜਾਂਦਾ ਜਦੋਂ IGPC ਵੱਲੋਂ ਕਿਹਾ ਜਾਂਦਾ, ਜਦੋਂ ਸ੍ਰੀ ਦਰਬਾਰ ਸਾਹਿਬ ਨੂੰ ਪਾਣੀ ਛੱਡਣਾ ਹੁੰਦਾ। ਸੋ ਇਸ ਵੇਲੇ ਇਹਦਾ ਇਹ ਗੇਟ ਦਿਖਾ ਰਹੇ ਹਾਂ ਤੁਹਾਨੂੰ, ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਗੇਟ ਹੈ ਜਿਹੜਾ ਚੁੱਕਿਆ ਜਾਂਦਾ, ਇਹ ਉਹ ਗੇਟ ਹੈ। ਸਾਹਮਣੇ ਜਾਲੀ ਲੱਗੀ ਹੈ ਪਹਿਲਾਂ, ਤਾਂ ਕਿ ਕੋਈ ਵੀ ਵੱਡੀ ਚੀਜ਼ ਜਿਹੜੀ ਹੈ ਜਾਲੀ ਦੇ ਨਾਲ ਅੜ ਜਾਵੇ ਇੱਥੇ,
खड़ी हो जाए। उस तो बाद अगे गेट है, ये गेट देख सकते हो विशाल गेट है एक, उपरों की तुम देख सकते हो कि खोलिया जाता है इस तरह का हैंडल उपर लगा है। तो पुरातन तरीके जड़े ये नहर अपनी सुल्तान मंडाली चाटी मंडाली नहर तुम देख सकते हो खाली है, जल जरा बंद करवाया गया क्योंकि यदि सेवा चल रही है। सो यदि नहर की सफाई की जी हालात ने वो खराब ने, असं सारे जानते हैं साढ़े लोगों वालों ही बहुत सारे वालों वहम भरम के पै के तो ये बहुत कुछ छुटिया जाता है। सो ये नहर तो पानी जरा जी इदा इतों वो सामने जरा होद उतना वो सामने होद च पानी जाता जी, जो तुम दिखाता अभी दो तीन बारी यह गेट तो यह सामने गेट है जी, ये गेट तो पानी जाता वो सामने होद है। सो संगत वीड्डी गिनती पे तारा का पुल है जी साढ़े खब्बे पासे जरा मेन जिथे नाल बनया और नाल ही इतने जरा जंगलात विभाग का जरा एक बनी हुई